ਕਿਰਾਂ ਵੱਲੋਂ ਪ੍ਰਗਟ ਸਿੰਘ ਜੀ ਦੇ ਘਰ ਦੇ ਬਾਹਰ ਬੈਠਿਆ ਗਿਆ ਸੀ ਤੇ ਉਹਨਾਂ ਨੂੰ ਅੱਜ ਫਿਰ ਇੱਕ ਆਸ਼ਵਾਸਨ ਮਿਲਿਆ ਕਿ ਜਿਹਦੇ ਕਰਕੇ ਅੱਜ ਇਹ ਪ੍ਰਗਟ ਸਿੰਘ ਜੀ ਦੇ ਜਿਹੜੇ ਕਿ ਤੁਹਾਨੂੰ ਮੈਂ ਦਿਖਾ ਦਿੱਤਾ ਦਿਖਾਉਣਾ ਕਿ ਜਿਹੜੇ ਇੱਥੇ ਬੈਰੀਕੇਡ ਹੈਗੇ ਆ ਬੈਰੀਕੇਡ ਪਹਿਲਾਂ ਇਹ ਬਿਲਕੁਲ ਉਹਨਾਂ ਦੇ ਘਰ ਦੇ ਬਾਹਰ ਬੈਠੇ ਸੀ ਤੇ ਹੁਣ ਇਹਨਾਂ ਨੂੰ ਬੈਰੀਕੇਡ ਤੋਂ ਬਾਹਰ ਆ ਕੇ ਸੜਕ ਤੇ ਬੈਠੇ ਹੋਏ ਆ ਤੇ ਸਾਡੇ ਨਾਲ ਸੰਦੀਪ ਗਿੱਲ ਜੀ ਹੈਗੇ ਆ ਉਹਨਾਂ ਦੇ ਨਾਲ ਗੱਲ ਕਰਦੇ ਆ ਕਿ ਹੁਣ ਜਿਹੜੀ ਇਹਨਾਂ ਨੇ ਪ੍ਰਗਟ ਸਿੰਘ ਜੀ ਦੇ ਨਾਲ ਗੱਲ ਕੀਤੀ ਆ ਤੇ ਕੀ ਉਹਨਾਂ ਨੇ ਆਸ਼ਵਾਸਨ ਦਿੱਤਾ ਹੈਗਾ ਹਾਂਜੀ ਪ੍ਰਗਟ ਸਿੰਘ ਜੀ ਨੇ ਪਿਛਲੇ ਸਮਿਆਂ ਵਾਂਗ ਹੀ ਜਿਹੜਾ ਭਰੋਸਾ ਸਾਨੂੰ ਦਿੱਤਾ ਭਰੋਸਾ ਹੀ ਕਹਿ ਸਕਦੇ ਹਾਂ ਕਿਉਂਕਿ ਜਦੋਂ ਫਿਰ ਉਹ ਭਰੋਸਾ ਹਕੀਕੀ ਰੂਪ 'ਚ ਬਦਲਦਾ ਫਿਰ ਉਹ ਲਾਰੇ ਦੇ ਰੂਪ ਦੇ ਵਿੱਚ ਆ ਜਾਂਦਾ ਗਾ ਪਿਛਲੇ ਸਮੇਂ ਵਿੱਚ ਉਹਨਾਂ ਨੇ ਕਿਹਾ ਸੀ 10 ਤਰੀਕ ਨੂੰ ਤੁਹਾਡਾ ਪੋਸਟਾਂ ਦਾ ਜਿਹੜਾ ਬੀਐਡ ਦਾ ਸਮਾਜਿਕ ਸਿੱਖਿਆ ਹਿੰਦੀ ਪੰਜਾਬੀ ਦਾ ਇਸ਼ਤਿਹਾਰ ਅਸੀਂ ਦੇ ਦਾਂਗੇ 10 ਤਰੀਕ ਟੱਪ ਗਈ 11 ਤਰੀਕ ਨੂੰ ਅਸੀਂ ਫਿਰ ਉਹਨਾਂ ਦਾ ਦਾਰਾ ਕੇ ਮੱਲਿਆ ਗਾ ਤੇ ਅੱਜ ਫਿਰ ਉਹਨਾਂ ਨੇ ਇਹੀ ਭਰੋਸਾ ਦਿੱਤਾ ਕਿ ਮੰਗਲਵਾਰ ਨੂੰ ਤੁਸੀਂ ਸੈਕਟਰੀ ਐਜੂਕੇਸ਼ਨ ਨੂੰ ਮਿਲ ਲਿਓ ਤੁਹਾਡੀ ਪੋਸਟਾਂ ਦੀ ਗਿਣਤੀ ਦੱਸ ਦੇਣਗੇ ਔਰ ਅਸੀਂ ਇਸੇ ਹਫਤੇ ਜਿਹੜਾ ਹੈਗਾ ਤੁਹਾਡੀਆਂ ਪੋਸਟਾਂ ਦਾ ਜਿਹੜਾ ਇਸ਼ਤਿਹਾਰ ਆ ਜਾਰੀ ਕਰ ਦੇਵਾਂਗੇ ਇਹ ਉਹਨਾਂ ਨੇ ਮਤਲਬ ਭਰੋਸਾ ਸਾਨੂੰ ਦਿੱਤਾ ਜਿੱਦਾਂ ਕਿ ਤੁਸੀਂ ਗੱਲ ਕਰ ਰਹੇ ਸੀ ਕਿ ਅਸੀਂ ਅਨਮ ਇੱਥੇ ਸਮੇਂ ਲਈ ਇੱਥੇ ਬੈਠੇ ਹਾਂ ਹੁਣ ਤੁਹਾਨੂੰ ਆਸ਼ਵਾਸਨ ਦਿੱਤਾ ਕਿ ਕੀ ਤੁਸੀਂ ਇੱਥੋਂ ਉੱਠ ਕੇ ਜਾਓਗੇ ਅਸੀਂ ਫਿਲਹਾਲ ਜਿਹੜਾ ਉਹਨਾਂ ਦਾ ਦਰ ਸੀਗਾ ਅੱਗੇ ਅਸੀਂ ਉੱਥੋਂ ਛੱਡਤਾ ਚਲੋ ਇੰਨੇ ਕੁ ਭਰੋਸੇ ਦੇ ਜਿਹੜਾ ਉਹਨਾਂ ਨੇ ਦਿੱਤਾ ਪਰ ਅਸੀਂ ਫਿਰ ਵੀ ਹਜੇ ਵੀ ਇਹਨਾਂ ਦੇ ਜਿਹੜੇ ਬੈਰੀਕੇਟਾਂ ਤੋਂ ਬਾਹਰ ਅਸੀਂ ਬੈਠੇ ਹਾਂ ਔਰ ਸਾਡਾ ਕੇਡਰ ਜਿਹੜਾ ਹੈਗਾ ਸਾਡੇ ਜਿਹੜੇ ਸਾਥੀ ਨੇ ਉਹ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚ ਰਹੇ ਨੇ ਜਦੋਂ ਉਹਨਾਂ ਦੀ ਗਿਣਤੀ ਦੇ ਰੂਪ ਦੇ ਵਿੱਚ ਇੱਥੇ ਪਹੁੰਚ ਗਏ ਤਾਂ ਅੱਗੇ ਫਿਰ ਅਸੀਂ ਸਲਾਹ ਜਿਹੜਾ ਉਹਨਾਂ ਨਾਲ ਕਰਕੇ ਅੱਗੇ ਦੀ ਰਣਨੀਤੀ ਹੈ ਜਿਹੜੀ ਉਹ ਬਣਾਵਾਂਗੇ ਕਿਉਂਕਿ ਪੱਕਾ ਮੋਰਚਾ ਸਾਡਾ ਟੈਂਕੀ ਤੇ ਚੱਲ ਰਿਹਾ ਸਾਥੀ ਮਨੀਸ਼ ਫਾਜ਼ਿਲਕਾ ਤੇ ਜਸਵੰਤ ਘਵਾਇਆ ਟੈਂਕੀ ਦੇ ਉੱਪਰ ਡਟੇ ਹੋਏ ਨੇ ਜਿਹਦੇ ਵਿੱਚੋਂ ਸਾਥੀ ਮਨੀਸ਼ ਦੀ ਹਾਲਤ ਵੀ ਬਹੁਤ ਜ਼ਿਆਦਾ ਖਰਾਬ ਆ ਤਾਂ ਅਸੀਂ ਉਹ ਦੇਖਾਂਗੇ ਵੀ ਉਹ ਮੋਰਚਾ ਅਸੀਂ ਫਿਰ ਟੈਂਕੀ ਥੱਲੇ ਹੀ ਚਲਾਉਣਾਗਾ ਜਾਂ ਅਸੀਂ ਇੱਥੇ ਚਲਾਈਏ ਜਿੱਦਾਂ ਕਿ ਹੁਣ ਤੁਹਾਨੂੰ ਆਸ਼ਵਾਸਨ ਦਿੱਤਾ ਹੈਗਾ ਤੁਹਾਨੂੰ ਕਿੰਨਾ ਕੁ ਭਰੋਸਾ ਹੈਗਾ ਇਹ ਆਸ਼ਵਾਸਨ ਤੁਹਾਡਾ ਪੂਰਾ ਹੋਏਗਾ ਦੇਖੋ ਉਮੀਦ ਤੇ ਦੁਨੀਆ ਕਾਇਮ ਆ ਪਰ ਲਗਾਤਾਰ ਪੌਣੇ 5 ਸਾਲ ਤੋਂ ਭਰੋਸੇ ਨੇ ਜਿਹੜੇ ਮਿਲਦੇ ਆ ਰਹੇ ਨੇ ਪਹਿਲਾਂ ਸਾਬਕਾ ਸਿੱਖਿਆ ਮੰਤਰੀ ਵਿਜੇਂਦਰ ਸਿੰਗਲਾ ਨੇ ਅਨੇਕਾਂ ਭਰੋਸੇ ਸਾਨੂੰ ਦਿੱਤੇ ਸੀਗੇ ਹੁਣ ਉਹੀ ਜਿਹੜੀਆਂ ਗੱਲਾਂ ਬਾਤਾਂ ਤੇ ਪ੍ਰਗਟ ਸਿੰਘ ਜੀ ਆਏ ਹੋਏ ਨੇ ਭਰੋਸਾ ਤੇ ਭਰੋਸਾ ਦੇ ਰਹੇ ਨੇਗੇ ਉਹੀ ਉਮੀਦ ਤੇ ਦੁਨੀਆ ਕਾਇਮ ਆ ਪਰ ਕੋਈ ਗੱਲ ਨਹੀਂ 4 ਦਿਨ ਹੋਰ ਨੇਗੇ ਲੰਘ ਜਾਣਗੇ ਜੇਕਰ ਨਹੀਂ ਸਾਡਾ ਹੱਲ ਹੁੰਦਾ ਤਾਂ ਉਸ ਤੋਂ ਫਿਰ ਅਸੀਂ ਸੰਘਰਸ਼ ਆ ਜਿਹੜਾ ਹੋਰ ਵੀ ਤਿੱਖਾ ਜਿਹੜਾ ਆਪਣੇ ਸੰਘਰਸ਼ ਨੂੰ ਕਰਾਂਗੇ ਅਸੀਂ ਇਹ ਸੀ ਸਾਡੇ ਨਾਲ ਸੰਦੀਪ ਗਿੱਲ ਜੀ ਜਿਨ੍ਹਾਂ ਨੇ ਕਿ ਇੱਥੇ ਸਿੱਖਿਆ ਮੰਤਰੀ ਪ੍ਰਗਟ ਸਿੰਘ ਦੇ ਘਰ ਦੇ ਬਾਹਰ ਬੈਠੇ ਹੈਗੇ ਆ ਤੁਹਾਨੂੰ ਮੈਂ ਫਿਰ ਤੋਂ ਇੱਕ ਵਾਰੀ ਦਿਖਾਵਾਂਗਾ ਕਿ ਇੱਥੇ ਉਹਨਾਂ ਦੇ ਜਿਹੜੇ ਬੈਰੀਕੇਡਸ ਆ ਬੈਰੀਕੇਡਸ ਤੋਂ ਉਹ ਬਾਹਰ ਆ ਕੇ ਇੱਥੇ ਬੈਠੇ ਹੈਗੇ ਆ ਹੁਣ ਉਹਨਾਂ ਨੂੰ ਫਿਰ ਤੋਂ ਇੱਕ ਆਸ਼ਵਾਸਨ ਦਿੱਤਾ ਹੈਗਾ ਕਿ ਥੋੜ੍ਹੇ ਦਿਨਾਂ ਤੱਕ ਤੁਹਾਡਾ ਜਿਹੜੀ ਕਿ ਕੋਈ ਵੀ ਮਸਲਾ ਹੈਗਾ ਉਹਨੂੰ ਹੱਲ ਕੀਤਾ ਜਾਏਗਾ ਤੇ ਹੁਣ ਦੇਖਣਾ ਹੋਏਗਾ ਕਿ ਜਿਹੜਾ ਉਹਨਾਂ ਨੇ ਆਸ਼ਵਾਸਨ ਦਿੱਤਾ ਕਿ ਉੱਤੇ ਖਰੇ ਉਤਰਦੇ ਆ ਜਾਂ ਨਹੀਂ ਅੱਜ ਅਧਿਆਪਕ ਤੁਹਾਡੇ ਘਰ ਦੇ ਬਾਹਰ ਫਿਰ ਆਏ ਹੈਗੇ ਨੇ ਕਿਉਂਕਿ ਤੁਸੀਂ ਪਿਛਲੇ ਦਿਨ ਹੀ ਨੋਟਿਸ ਦਿੱਤਾ ਸੀ 10 ਤਰੀਕ ਦਾ ਵੀ ਨੋਟੀਫਿਕੇਸ਼ਨ ਚੜ੍ਹਦੇ ਹੈਗੇ ਅੱਜ ਫਿਰ ਦੁਬਾਰਾ ਧਰਨਾ ਲਾਇਆ ਹੈਗਾ ਇਹਨਾਂ ਨੂੰ ਕੀ ਆਸ਼ਵਾਸਨ ਕੀ ਦਿੱਤਾ ਕਿ ਨਿਕਲੇ ਨਹੀਂ ਕੁਛ ਨਹੀਂ ਹੈ ਬੇਸਿਕਲੀ ਦੇਖੋ ਗੱਲ ਇਹ ਇਹਨਾਂ ਦੀਆਂ ਪੋਸਟਾਂ ਦੀ ਗੱਲ ਹੈਗੀ ਅਸੀਂ ਅਗਲੇ ਹਫਤੇ ਐਡਵਰਟਾਈਜ਼ ਕਰ ਰਹੇ ਹਾਂ ਜਿਹੜੀਆਂ ਸਾਡੇ ਕੋਲ ਵੈਕੈਂਸੀਜ਼ ਹੈਗੀਆਂ ਸੋ ਕਿਤੇ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਦੀ ਕਨਫਿਊਜ਼ਨ ਹੈਗੀ ਹੈ ਔਰ ਕਿਤੇ ਨਾ ਕਿਤੇ ਵੇ ਵਿਸ਼ਵਾਸੀ ਆ ਵੀ ਸ਼ਾਇਦ ਕੋਡ ਆਫ ਕੰਡਕਟ ਲੱਗ ਜਾਣਾ ਜਾਂ ਇੱਦਾਂ ਹੋ ਜਾਣੀ ਪਰ ਉਦੋਂ ਪਹਿਲਾਂ ਸਾਡਾ ਮੇਰੀ ਕੋਸ਼ਿਸ਼ ਇਹ ਆ ਕਿ ਉਦੋਂ ਪਹਿਲਾਂ ਇਹ ਪ੍ਰੋਸੈਸ ਸਟਾਰਟ ਹੋ ਜਾਵੇ ਤਾਂ ਕਿ ਉਹਦੇ ਵਿੱਚ ਜਦੋਂ ਪ੍ਰੋਸੈਸ ਇੱਕ ਵਾਰੀ ਸਟਾਰਟ ਹੋ ਜਾਂਦਾ ਫਿਰ ਉਹਦੇ ਵਿੱਚ ਕੋਡ ਆਫ ਕੰਡਕਟ ਦਾ ਵੀ ਕੋਈ ਰੌਲਾ ਨਹੀਂ ਰਹਿੰਦਾ ਮੈਂ ਇਹਨਾਂ ਦੇ ਸਾਹਮਣੇ ਸੈਕਟਰੀ ਐਜੂਕੇਸ਼ਨ ਨਾਲ ਕਿਉਂਕਿ ਮੇਰੇ ਦੋ ਆਫੀਸਰ ਜਿਹੜੇ ਆ ਡੀ ਜੀ ਐੱਸ ਸੀ ਅਤੇ ਡੀ ਪੀ ਆਈ ਉਹ ਦੋਨੇ ਛੁੱਟੀ 'ਤੇ ਹੈਗੇ ਆ ਅੱਛਾ ਉਹ ਇਸ ਕਰਕੇ ਇਹ ਥੋੜ੍ਹਾ ਜਿਹਾ 2-4 ਦਿਨ ਡਿਲੇ ਹੋਏ ਸਰ ਜੀ ਮੈਂ ਟੀਚਰਾਂ ਦਾ ਕਹਿਣਾ ਹੈ ਕਿ ਆਰ ਟੀ ਆਈ ਪਾ ਕੇ ਸਾਰੇ ਤੁਹਾਨੂੰ ਅੰਕੜੇ ਦੱਸੇ ਨੇ ਕਿ ਕਿੰਨੀਆਂ ਪੋਸਟਾਂ ਖਾਲੀ ਨੇ ਉਹ ਕਹਿ ਰਹੇ ਨੇ ਕਿ ਜਦੋਂ ਡੀ ਜੀ ਐੱਸ ਸੀ ਤੁਸੀਂ ਜਾਂ ਤਾਂ ਉਹਨਾਂ ਦੀ ਗੱਲ ਸੁਣ ਲਓ ਜਾਂ ਮੇਰੇ ਵਾਲੀ ਸੁਣ ਲਓ ਸਾਡੇ ਕੋਲ 31,000 ਪੋਸਟਾਂ ਖਾਲੀ ਪਈਆਂ ਟਾਈਮ ਟੂ ਟਾਈਮ ਡਿਵਰਸ਼ਨ ਕਰਾ ਲਈ ਰੂਲਾਂ ਦੀ ਕੋਰਟ ਇਸ ਗੱਲ ਨਾਲ ਸਹਿਮਤ ਨਹੀਂ ਹੁੰਦੀ ਕੋਰਟ ਦਾ ਤੁਹਾਡਾ ਤੁਹਾਡੇ ਵੱਸ 'ਚ ਵੀ ਹੈ ਨਹੀਂ ਮੇਰੇ ਵੱਸ 'ਚ ਵੀ ਹੈ ਨਹੀਂ ਸੋ ਉਹ 31,000 ਦੀ ਭਰਤੀ ਤਾਂ ਆਰਾਮ ਨਾਲ ਹੋ ਸਕਦੀ ਹੈ ਲੇਕਿਨ ਉਹਦੇ 'ਚ ਡਿਵਰਸ਼ਨ ਨੂੰ ਠੀਕ ਕਰਨਾ ਪਊਗਾ ਅੱਜ ਜੋ ਰੂਲ ਹੈਗੇ ਆ ਗਵਰਨਮੈਂਟ ਦੇ ਉਹਦੇ ਮੁਤਾਬਕ ਹੀ ਭਰਤੀ ਕਰਨੀ ਪਊਗੀ ਕੈਮਰਾਮੈਨ ਰਮਨ ਦੇ ਨਾਲ ਮੈਂ ਅੰਮ੍ਰਿਤਪਾਲ ਅਜੀਤ ਵੈਬ ਟੀਵੀ ਪੜ੍ਹਾਈ 'ਚ ਦਿਲ ਲੱਗਦਾ ਸੀ ਨੰਬਰ ਚੰਗੇ ਆਉਂਦੇ ਸੀ ਐਸੀ ਖੁੱਟੀ ਦੀ ਪ੍ਰੀ ਮੈਟ੍ਰਿਕ ਸਕਾਲਰਸ਼ਿਪ ਜੋ ਮਿਲਦੀ ਸੀ ਬਾਪੂ ਮਜ਼ਦੂਰੀ ਕਰਦਾ ਬੇਬੇ ਨੂੰ ਮਸਾਂ ਹੀ ਘਰਾਂ 'ਚ ਕੰਮ ਮਿਲਦਾ ਪਰ ਮੈਂ ਖੁਸ਼ ਸੀ 10ਵੀਂ 'ਚ ਸਾਈਕਲ ਮਿਲੂਗੀ ਅਤੇ ਪੋਸਟ ਮੈਟ੍ਰਿਕ ਐਸੀ ਵਜ਼ੀਫਾ ਵੀ ਲੰਬੜਦਾਰਾਂ ਦੀ ਰਾਣੋ ਵਾਂਗ ਇੰਜੀਨੀਅਰ ਬਣਾਂਗੀ ਪਰ ਸੁਪਨੇ ਹੀ ਰਹਿ ਗਏ ਸਕਾਲਰਸ਼ਿਪ ਬੰਦ ਹੋ ਗਈ ਸਕੂਲ ਛੁੱਟ ਗਿਆ ਸਾਈਕਲ ਮਿਲੀ ਕੋਈ ਨਾ ਤੇ ਫੀਸ ਹੈ ਨਹੀਂ ਹੁਣ ਮਾਂ ਨਾਲ ਘਰਾਂ 'ਚ ਕੰਮ ਕਰਨ ਜਾਂਦੀ ਹਾਂ ਆ ਦਿੱਤਾ ਮੈਨੂੰ ਇਸ ਸਰਕਾਰ ਨੇ ਹੁਣ ਨਹੀਂ ਮੈਂ ਕਹਿ ਦਿੱਤਾ ਬਾਪੂ ਬੇਬੇ ਨੂੰ
ਐਤਕੀ ਸਬਕ ਸਿਖਾਉਣਾ ਹੈ। ਵੋਟ ਪਾਉਣੀ ਉਹਨਾਂ ਨੂੰ ਜਿਹੜੇ ਸਮਝਣ ਸਾਡੇ ਦਰਦਾਂ ਨੂੰ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ, ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।